ਨੰਬਰ 1 ਬੱਚੇ ਦੇ ਪੇਟ ਦੇ ਕੀੜੇ ਖਤਮ ਕਰਨ ਲਈ ਕਲੌਂਜੀ ਨੂੰ ਪਾਣੀ ਵਿੱਚ ਉਬਾਲ ਕੇ ਇਸਤੇਮਾਲ ਕਰੋ। ਨੰਬਰ 2 ਜਿਹੜੀਆਂ ਔਰਤਾਂ ਚਿਹਰੇ ਤੇ ਨਿਖਾਰ ਲਿਆਉਣਾ ਚਾਹੁੰਦੀਆਂ ਹਨ ਉਹ ਦੁੱਧ ਵਿੱਚ ਇੱਕ ਸੇਬ ਪਾ ਕੇ ਸਵੇਰੀ ਖਾਲੀ ਪੇਟ ਉਸ ਦਾ ਸੇਵਨ ਕਰਨ। ਨੰਬਰ 3 ਚੌਕਲੇਟ ਖਾਣ ਨਾਲ ਕਰਲੀ ਦੀ ਖਰਾਸ਼ ਖਤਮ ਹੋ ਜਾਂਦੀ ਹੈ। ਨੰਬਰ 4 ਲਸਣ ਦੇ ਰਸ ਵਿੱਚ ਲੂਣ ਪਾ ਕੇ ਪੀਣ ਨਾਲ ਪੇਟ ਦਾ ਦਰਦ ਠੀਕ ਹੋ ਜਾਂਦਾ ਹੈ। ਨੰਬਰ 5 ਕੱਚਾ ਦੁੱਧ ਪੀਣ ਨਾਲ ਰੰਗ ਕਦੇ ਵੀ ਕਾਲਾ ਨਹੀਂ ਹੁੰਦਾ। ਨੰਬਰ 6 ਜੇਕਰ ਮੂੰਹ ਵਿੱਚੋਂ ਬਦਬੂ ਆ ਰਹੀ ਹੈ ਤਾਂ ਲੌਂਗ ਚਬਾਓ। ਨੰਬਰ 7 ਦੁੱਧ ਤੋਂ ਬਿਨਾਂ ਚਾਹ ਪੀਣ ਨਾਲ ਮਟਾਪਾ ਘਟ ਹੋ ਜਾਂਦਾ ਹੈ। ਨੰਬਰ 8 ਚਿਹਰੇ ਤੇ ਟਮਾਟਰ ਦਾ ਪੇਸਟ ਲਗਾਉਣ ਨਾਲ ਚਿਹਰਾ ਫੁੱਲ ਦੀ ਤਰ੍ਹਾਂ ਨਿੱਖਰ ਜਾਵੇਗਾ। ਨੰਬਰ 9 ਗੁੜ ਦਾ ਸ਼ਰਬਤ ਪੀਣ ਨਾਲ ਮਟਾਪਾ ਨਹੀਂ ਹੁੰਦਾ। ਨੰਬਰ 10 ਨਾਰ ਖੰਜੂਰ ਅਤੇ ਵੱਡੀ ਇਲਾਇਚੀ ਖਾਣ ਨਾਲ ਬੁੱਢੀ ਔਰਤ ਵੀ ਜਵਾਨ ਨਜ਼ਰ ਆਉਂਦੀ ਹੈ। ਨੰਬਰ 11 ਜੇਕਰ ਦੁੱਧ ਫਟ ਜਾਵੇ ਤਾਂ ਘਬਰਾਉ ਨਾ ਬਲਕਿ ਉਸ ਦੁੱਧ ਦਾ ਖੋਆ ਬਣਾ ਲਓ। ਨੰਬਰ 12 ਲਾਲ ਮਿਰਚ ਦਿਲ ਦੇ ਦੌਰੇ ਤੋਂ ਬਚਾਉਂਦੀ ਹੈ ਅਤੇ ਕਾਲੀ ਮਿਰਚ ਹਾਜਮਾ ਠੀਕ ਕਰਦੀ ਹੈ। ਨੰਬਰ 13 ਜਿਉਂ ਛੋਲੇ ਅਤੇ ਮੱਕੀ ਦਾ ਆਟਾ ਮਿਲਾ ਕੇ ਖਾਣ ਨਾਲ 슈ਗਰ ਕੰਟਰੋਲ ਵਿੱਚ ਰਹਿੰਦਾ ਹੈ। ਨੰਬਰ 14 ਹੱਥਾਂ ਪੈਰਾਂ ਤੇ ਐਲੋਵੀਰਾ ਲਗਾਉਣਾ ਰਾਤ ਨੂੰ ਮੱਛਰ ਨਹੀਂ ਕੱਟਦੇ ਨੰਬਰ 15 ਜੇਕਰ ਸੀਨੇ ਵਿੱਚ ਜਲਨ ਹੋਵੇ ਤਾਂ ਕੇਲਾ ਖਾਓ ਨੰਬਰ 16 ਜਿਆਦਾ ਨਮਕ ਖਾਣ ਨਾਲ ਦਿਲ ਕਮਜ਼ੋਰ ਹੋ ਜਾਂਦਾ ਹੈ ਨੰਬਰ 17 ਸ਼ਹਿਦ ਵਿੱਚ ਸ਼ਿਰਕਾ ਮਿਲਾ ਕੇ ਖਾਣ ਨਾਲ ਦੰਦ ਮਜ਼ਬੂਤ ਹੁੰਦੇ ਹਨ ਨੰਬਰ 18 ਖਾਣੇ ਦੇ ਨਾਲ ਹਰੀ ਮਿਰਚ ਖਾਓ ਅੱਖਾਂ ਦੀ ਰੌਸ਼ਨੀ ਤੇਜ਼ ਹੋ ਜਾਵੇਗੀ ਨੰਬਰ 19 ਤਰਬੂਜ ਹੱਡੀਆਂ ਨੂੰ ਕਮਜ਼ੋਰ ਕਰਨ ਵਾਲੀਆਂ ਬਿਮਾਰੀਆਂ ਤੋਂ ਦੂਰ ਰੱਖਦਾ ਹੈ। ਨੰਬਰ 2 ਬੀ ਆਵਾਜ਼ ਵੈਠ ਜਾਵੇ ਜਾਂ ਕਲਾ ਖਰਾਬ ਹੋਵੇ ਤਾਂ ਗੁਰ ਵਾਲੇ ਚੌਲ ਖਾਓ। ਨੰਬਰ 21 ਲੌਂਗ ਠੰਡੇ ਮੌਸਮ ਵਿੱਚ ਖਾਣੇ ਚਾਹੀਦੇ ਹਨ ਕਿਉਂਕਿ ਇਹਨਾਂ ਦੀ ਤਸੀਰ ਗਰਮ ਹੁੰਦੀ ਹੈ। ਨੰਬਰ 22 ਸਵੇਰੇ ਖਾਲੀ ਪੇਟ ਇੱਕ ਸੇਵ ਖਾਣ ਨਾਲ ਕਬਜ਼ ਦੂਰ ਹੋ ਜਾਂਦੀ ਹੈ। ਨੰਬਰ 23 ਗੁਰਦੀ ਦੀ ਸਫਾਈ ਦੇ ਲਈ ਤਰਬੂਜ ਅਤੇ ਧਨੀਏ ਦਾ ਜੂਸ ਪੀਣ ਨਾਲ ਫਾਇਦਾ ਹੁੰਦਾ ਹੈ। ਨੰਬਰ 24 ਦਹੀਂ ਨੂੰ ਕਦੇ ਵੀ ਗਰਮ ਰੋਟੀ ਜਾਂ ਗਰਮ ਚੀਜ਼ ਦੇ ਨਾਲ ਨਾ ਖਾਓ। ਨੰਬਰ 25 ਉਬਲੇ ਹੋਏ ਪਾਣੀ ਨਾਲ ਦਵਾਈ ਲੈਣ ਨਾਲ ਦਵਾਈ ਚੰਗੀ ਅਸਰ ਕਰਦੀ ਹੈ। ਨੰਬਰ 26 ਕarele ਦੀ ਸਬਜ਼ੀ ਹਫ਼ਤੇ ਵਿੱਚ ਦੋ ਵਾਰ ਖਾਓ। ਇਸ ਨਾਲ ਤੁਹਾਡੇ ਚਿਹਰੇ ਦੀ ਸਕਿਨ ਸਾਫ਼ ਰਹੇਗੀ। ਨੰਬਰ 27 ਪਾਲਕ ਦਾ ਜਿਆਦਾ ਇਸਤੇਮਾਲ ਕੈਂਸਰ ਵਰਗੀ ਬਿਮਾਰੀ ਤੋਂ ਬਚਾਉਂਦਾ ਹੈ। ਨੰਬਰ 28 ਨਾਰੀਅਲ ਦੇ ਤੇਲ ਵਿੱਚ ਹਿੰਬੂ ਦਾ ਰਸ ਮਿਲਾ ਕੇ ਮਾਲਿਸ਼ ਕਰਨ ਨਾਲ ਸਰੀਰ ਦੀ ਖਾਰਸ਼ ਖਤਮ ਹੋ ਜਾਂਦੀ ਹੈ। ਨੰਬਰ 29 ਥੋੜ੍ਹਾ ਜਿਹਾ ਲੂਣ ਚੱਟਣ ਤੋਂ ਬਾਅਦ ਕੰਮ ਕਰਨ ਨਾਲ ਸਿਰ ਦਰਦ ਨਹੀਂ ਹੁੰਦਾ। ਨੰਬਰ 30 ਦਿਲ ਦੀ ਬਿਮਾਰੀ ਤੋਂ ਬਚਣ ਲਈ ਕੁਝ ਸਮਾਂ ਸ਼ੈਅਰ ਕਰਕੇ ਸੌਣਾ ਚਾਹੀਦਾ ਹੈ। ਨੰਬਰ 31 ਖੂਨ ਸਾਫ਼ ਰੱਖਣ ਦੇ ਲਈ ਸਟ੍ਰੌਬਰੀ ਦਾ ਜੂਸ ਪੀਣਾ ਚਾਹੀਦਾ ਹੈ। ਨੰਬਰ 32 ਦਿਮਾਗ ਤੇਜ਼ ਰੱਖਣ ਦੀ ਲਈ ਬਸੀ ਰੋਟੀ ਦਾ ਸੇਵਨ ਕਰਨਾ ਚਾਹੀਦਾ ਹੈ। ਨੰਬਰ 33 ਪੇਟ ਦੀ ਚਰਪੀ ਘੱਟ ਕਰਨ ਲਈ ਕਿੰਨੂ ਦਾ ਸੇਵਨ ਕਰਨਾ ਚਾਹੀਦਾ ਹੈ? ਨੰਬਰ 34 ਅਜਵਾਇਨ ਨੂੰ ਕੱਪੜੇ ਵਿੱਚ ਬੰਨ ਕੇ ਸੁੰਘਣ ਨਾਲ ਸਿਰਦਰਦ ਦੀ ਸਮੱਸਿਆ ਦੂਰ ਹੁੰਦੀ ਹੈ। ਨੰਬਰ 35 ਸਰੀਰ ਨੂੰ ਠੀਕ ਰੱਖਣ ਦੇ ਲਈ ਨੌਨ ਵਿੱਚ ਖਾਣਾ ਖਾਣ ਤੋਂ ਬਾਅਦ ਦੁੱਧ ਪੀਓ। ਨੰਬਰ 36 ਡਿਪਰੈਸ਼ਨ ਦੂਰ ਕਰਨ ਲਈ ਹੱਥਾਂ ਨਾਲ ਕੱਪੜੇ ਧੋਣੇ ਚਾਹੀਦੇ ਹਨ। ਨੰਬਰ 37 ਪਾਚਨ ਸ਼ਕਤੀ ਮਜ਼ਬੂਤ ਰੱਖਣ ਦੇ ਲਈ ਇਹ ਆਂਵਲਾ ਜ਼ਰੂਰ ਖਾਣਾ ਚਾਹੀਦਾ ਹੈ ਫੇਰੇ ਅਤੇ ਵਾਲਾਂ ਦੇ ਲਈ ਵੀ ਆਂਵਲਾ ਬਹੁਤ ਉਪਯੋਗੀ ਹੈ ਨੰਬਰ 38 2-3 ਬੂੰਦਾਂ ਗੁਲਾਬ ਜਲ ਤੇ 3-4 ਗਲੈਸਰੀਨ ਦੀਆਂ ਬੂੰਦਾਂ ਤੇ ਅੱਧਾ ਚਮਚ ਨਿੰਬੂ ਦਾ ਰਸ ਮਿਲਾ ਕੇ ਰਾਤ ਨੂੰ ਸੌਣ ਤੋਂ ਪਹਿਲਾਂ ਰੂਹ ਦੀ ਮਦਦ ਨਾਲ ਚਿਹਰੇ ਤੇ ਲਗਾਓ ਨੰਬਰ 39 ਰਾਤ ਨੂੰ ਸੌਣ ਤੋਂ ਪਹਿਲਾਂ ਚਿਹਰੇ ਤੇ ਗਰਦਨ ਤੇ ਬਦਾਮ ਦਾ ਤੇਲ ਲਗਾਓ ਨੰਬਰ ਮੂੰਹ ਵਿੱਚ ਪਾਣੀ ਭਰ ਕੇ ਨਹਾਉਣ ਨਾਲ ਜ਼ੁਕਾਮ ਨਹੀਂ ਲੱਗਦਾ। ਨੰਬਰ 41 ਸਫੈਦ ਪਿਆਜ਼ ਦਾ ਰਸ ਵਾਲਾਂ ਤੇ ਲਗਾਉਣ ਨਾਲ ਵਾਲ ਝੜਨਾ ਬੰਦ ਹੋ ਜਾਂਦੇ ਹਨ। ਨੰਬਰ 42 ਸਵੇਰ ਦਾ ਖਾਣਾ ਨਾ ਖਾਣ ਨਾਲ ਸਰੀਰ ਫੁੱਲਣ ਲੱਗ ਜਾਂਦਾ ਹੈ। ਨੰਬਰ 43 ਜਿਆਦਾ ਠੰਡਾ ਪਾਣੀ ਪੀਣ ਨਾਲ ਵਾਲ ਝੜਨੇ ਸ਼ੁਰੂ ਹੋ ਜਾਂਦੇ ਹਨ। ਨੰਬਰ 44 ਸਵੇਰੇ دیر ਨਾਲ ਉੱਠਣ ਨਾਲ ਦਿਮਾਗ ਕਮਜ਼ੋਰ ਹੋ ਜਾਂਦਾ ਹੈ ਤੇ ਸਰੀਰ ਆਲਸੀ ਬਣ ਜਾਂਦਾ ਹੈ। ਨੰਬਰ 45 ਕਦੇ ਵੀ ਕੇਲੇ ਦੇ ਨਾਲ ਲੱਸੀ ਨਹੀਂ ਪੀਣੀ ਚਾਹੀਦੀ ਇਸ ਨਾਲ ਮਿੱਢੇ ਵਿੱਚ ਦਰਦ ਹੋਣ ਲੱਗ ਜਾਂਦਾ ਹੈ ਨੰਬਰ 46 ਚਿਹਰੇ ਤੇ ਰਾਤ ਨੂੰ ਮੱਖਣ ਲਗਾਉਣ ਨਾਲ ਚਿਹਰਾ ਨਿੱਖਰ ਜਾਂਦਾ ਹੈ ਨੰਬਰ 47 ਜਿੰਨਾਂ ਲੋਕਾਂ ਨੂੰ ਭੁੱਖ ਨਹੀਂ ਲੱਗਦੀ ਉਹਨਾਂ ਨੂੰ ਅਨਾਰ ਦੇ ਦਾਣੇ ਉੱਪਰ ਕਾਲੀ ਮਿਰਚ ਛਿੜਕ ਕੇ ਖਾਣੀ ਚਾਹੀਦੀ ਹੈ ਭੁੱਖ ਲੱਗਣ ਲੱਗ ਜਾਵੇਗੀ ਨੰਬਰ 48 ਪੇਟ ਫੁੱਲ ਜਾਣ ਤੇ ਗਰਮ ਪਾਣੀ ਪੀਣ ਨਾਲ ਰਾਹਤ ਮਿਲਦੀ ਹੈ ਨੰਬਰ 49 ਦਿਲ ਤੇ ਦਿਮਾਗ ਦੋਨਾਂ ਦੇ ਲਈ ਇੱਕ ਖੰਜੂਰ ਕਾਫੀ ਲਾਭਦਾਇਕ ਹੁੰਦੀ ਹੈ ਨੰਬਰ 50 ਚਮੇਲੀ ਦੇ 10 ਵੀ ਫੁੱਲਾਂ ਨੂੰ ਪੀਸ ਕੇ ਚਿਹਰੇ ਤੇ ਲੇਪ ਕਰਨ ਨਾਲ ਚਿਹਰੇ ਦੀ ਚਮਕ ਵੱਧਦੀ ਹੈ ਜੇਕਰ ਤੁਹਾਨੂੰ ਸਾਡੀਆਂ ਵੀਡੀਓਜ਼ ਵਧੀਆਂ ਲੱਗਦੀਆਂ ਨਹੀਂ ਤਾਂ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਿਓ